अस्सलाम वालेकुम व्यूअर्स, मेरा नाम है उस्मान अली और आप देख रहे हैं हीरो व्लॉग। हीरो व्लॉग में एक नई वीडियो के साथ खुश आमदीद कहता हूँ। तो व्यूअर्स, आज का व्लॉग कुछ यूँ है कि आज के व्लॉग में हम आपको ये बताएंगे कि एक दिन के चूज़े से लेकर मुकम्मल मुर्गी तैयार करने का फुल तरीका, और जो है ना वो मुर्गी खाना जो आजकल बहुत अच्छा बिज़नेस चल रहा है और मैं ख़ुद इसी बिज़नेस में उतरने ही वाला हूँ इंशाल्लाह जल्द अज़ जल्द। तो चलो आप सब दोस्तों को भी इसका तरीकाकार बताते हैं। और फुल इंटरव्यू लिया है हमने जो है वो एक दोस्त का जो कि मुकम्मल तौर पे होलसेल डीलर हैं एक दिन के चूज़े के। तो चलो उनकी बातें सुनते हैं। और इसके साथ ही जो दोस्त हमारे यूट्यूब चैनल हीरो व्लॉग पे न्यू हैं वो इसे कर लें सब्सक्राइब, और साथ लगे हुए बेल आइकन को ज़रूर प्रेस कीजिएगा ताकि हर नई आने वाली वीडियो आपको सबसे पहले मिल सके और आप उससे फ़ायदा उठा सकें। और इंशाल्लाह आप मुख्तलिफ तरीक़ों के कारोबार के हवाले से वीडियोज़ भी आया करेंगे इंशाल्लाह। तो चलिए आगे देखते हैं वीडियो। मैं एक गल समझाना लग्या सी भी तुसी जे रेगुलर इन्हूं लैके चलना है ना ते तुसी इन्हूं हर अठ दिन तो बाद जिहड़ा तुहाडे कोल चार महीने दे विच ना चार स्टेप होने चाहिए। फिलहाल तो साढ़े को 21 स्टेप एक मैं गल कर रही हूँ लेकिन मैं थोड़ी गल समझना भी स्टेप बाय स्टेप टूटे नहीं। हाँ स्टेप बाय स्टेप पूरा थोड़े को होना चाहिए। हाँ एक हफ्ते दे विच 1500 चुकिया जावे अगले नु हाथ लग जावे पीछे पै जावे। हाँ पीछे पै वो हफ्ता लग जावे चुकींदे सी तने वो चुकी जावे ओदी जगह ते पै जावे पीछे भी तैयार हुंदा अगला। एदा मतलब आजकल संभालन दा की तरीका का है ना? कई कालो जो मर्जी कर लो आजकल ते मौसम ठीक आ ਸਵਾਲਾਂ ਦਾ ਤੁਹਾਨੂੰ ਸਿਰਫ ਦੋ ਬਲਬ ਲਾਣੇ ਪੈਣੇ ਨੇ ਬਲਬ ਦਾ ਇਸ ਕਰੇਟਾ ਲਾਈਆਂ ਬਲਬ ਦਾ ਕੋ ਕੋਈ ਦੋ ਚਾਰ ਦਿਨ ਲੱਗਣੇ ਨੇ ਉਹ ਵੀ ਜਦੋਂ ਚੂਹਾ ਛੋਟਾ ਹੋਏਗਾ ਉਦੋਂ ਤੁਹਾਨੂੰ ਮਸਲਾ ਆਣਾ ਹੈ ਉਸ ਤੋਂ ਬਾਅਦ ਉਹ ਮਸਲਾ ਚੂਹੇ ਨੂੰ ਛੋਟਾ ਸਹੀ ਸਹੀ ਸਾਡਾ ਤਾਂ ਛਾਂਪਰ ਲਾ ਹੈ ਜੀ ਮੈਂ ਦਰਵਾਜ਼ਾ ਲੱਗਿਆ ਹੈ ਨਾ। ਹਾਂਜੀ ਤੇ ਪਰਲੀ ਪਰਲੀ ਜਗ੍ਹਾ ਠੀਕ ਠੀਕ ਛੋਟਾ ਹੁੰਦਾ ਅੱਛਾ ਤੇ ਫਿਰ ਆਸਤੇ ਆਸਤੇ ਜਗ੍ਹਾ ਦੇਣੀ ਹੁੰਦੀ ਹੈ। ਅੱਛਾ ਪਹਿਲੋਂ ਕੱਟ ਇਹਨਾਂ ਨੂੰ ਥੋੜੀ ਜਗ੍ਹਾ ਤੇ ਰੱਖ। ਹਾਂ ਜਿਹੜੀ ਅਸਲ ਗੱਲ ਸਮਝਣ ਦੀ ਆ ਨਾ ਉਹ ਵੀ ਸਹੀ ਸਹੀ ਇਹ ਤੁਸੀਂ ਦੇਖ ਲਓ ਇਹ ਦੋ ਖਾਣੇ ਦੀ ਜਗ੍ਹਾ ਕਿੰਨੀ ਬਣਦੀ ਪਈ ਇਹ ਤਾਂ ਇਕੱਠੇ ਹੀ ਨਾ ਰਹਿਣ ਤੇ ਮਸਲਾ ਵੀ ਇਹ ਮਸਲਾ ਜੁੜ ਕੇ ਰਹਿਣਗੇ ਮਤਲਬ ਵੀ ਹਾਂ ਜੁੜ ਕੇ ਰਹਿਣਗੇ ਨਾ ਤੇ ਟੈਂਪਰੇਚਰ ਉਹ ਆਪਣਾ ਬਰਕਰਾਰ ਰੱਖਣਗੇ ਇਹ ਫਿਰ ਬਾਕੀ ਜਗ੍ਹਾ ਦੇ ਛਾਪਰ ਲਾ ਦੇਣਗੇ। ਹਾਂ ਛਾਪਰ ਲਾ ਦੇਣਾ ਇੰਨੀ ਜਗ੍ਹਾ ਛਾਪਰ ਲਾ ਕੇ ਤਾਂ ਚੂਹਾ ਛੱਡ ਦੇ ਫਿਰ ਦੋ ਦਿਨ ਉਹ ਤਿੰਨ ਦਿਨ ਉਹਨੂੰ ਇੱਥੇ ਇੰਨੀ ਜਗ੍ਹਾ 'ਚ ਰੱਖਣਾ ਤਿੰਨ ਦਿਨ ਤੋਂ ਬਾਅਦ ਫਿਰ ਇੱਕ ਪੱਖਾ ਲਗਾ ਦੇਣਾ ਸਹੀ ਫੁੱਲ ਜਗ੍ਹਾ ਚੂਹਾ ਫਿਰ ਨਾਲ ਤੇ ਜਿਹੜਾ ਆਇਆ ਦੇ ਇਹਨਾਂ ਨੂੰ ਥੋੜਾ ਇੱਕ ਜਾਣਨਾ ਭਜਾਉਣਾ ਪੈਂਦਾ ਭਜਾਣਾ ਭਜਾਉਣਾ ਨਹੀਂ ਪੈਂਦਾ ਸਿਰਫ ਇਹ ਕਰਨਾ ਪੈਂਦਾ ਵੀ ਇਹ ਜਿਹੜਾ ਚੂਹਾ ਜਦੋਂ ਇਕੱਠਾ ਢੇਰੀਆਂ ਬਣਨ ਲੱਗੇ ਨਾ ਉਦੋਂ ਢੇਰੀਆਂ ਨੂੰ ਹਿਲਾਉਣਾ ਪੈਂਦਾ। ਸਹੀ ਸਹੀ ਜੇ ਤੁਹਾਡਾ ਟੈਂਪਰੇਚਰ ਅੰਦਰ ਦਾ ਪੂਰਾ ਹੋਇਆ ਨਾ ਤੇ ਉਹ ਭਜਾਣ ਦੀ ਵੀ ਲੋੜ ਨਹੀਂ ਪੈਂਦੀ। ਟੈਂਪਰੇਚਰ ਕਿੰਨਾ ਹੋਣਾ ਚਾਹੀਦਾ? 33°C ਪਰ ਇੱਕ ਟੈਂਪਰੇਚਰ ਵਿੱਚ ਲਾ ਕੇ ਰੱਖੀ। ਹਾਂ ਮੈਂ ਫਿਰ ਨਾ ਦੋ ਸਾਈਡਾਂ ਤੇ ਨਾ ਆਪਾਂ ਨੂੰ ਛਾਪਰ ਲਾਉਣਾ ਪੈਗਾ ਇੱਕ ਵਾਰ ਇੱਕ ਉਹ ਬੂਹੇ ਸਾਈਡ ਤੇ ਇੱਕ ਐਸਾ ਤੇ ਜਾਲੀ ਨੂੰ ਦਬਾਰ ਲੱਗਣਾ ਹੀ ਲੱਗਣਾ ਛਾਪਰ ਜਾਰੀ ਹੈ। ਮੈਂ ਤੁਹਾਨੂੰ ਛਾਪਰ ਤਾਂ ਪਹਿਲੇ ਜਾਣਾ ਪਵੇ ਛਾਪਰ ਲਿਆ ਕੇ ਲਾਈ ਉਹ ਛਾਪਰ ਇਹ ਇਸ ਤਰੀਕੇ ਨਹੀਂ ਉਹ ਹੀ ਦਿਨ ਫਿਰ ਇਹ ਛਾਪਰ ਲਸ ਹਾਂ ਆ ਗਿਆ ਤੇ ਇਹ ਮਸਲਨ ਇੱਕ ਦੋ ਲਾ ਚੂਹੇ ਵਾਸਤੇ ਮਸਲਨ ਦੋ ਮਹੀਨਿਆਂ ਤੱਕ ਕਿੰਨੀ ਜਗ੍ਹਾ ਚਾਹੀਦੀ? ਇਹਨੂੰ ਨਾ 2000 square foot ਜਗ੍ਹਾ ਚਾਹੀਦੀ ਹੈ ਮੁਕੰਮਲ ਤਿਆਰੀ ਨਾਲ। ਸਹੀ ਇਹਨੂੰ 1000 square foot ਜਗ੍ਹਾ ਚਾਹੀਦੀ ਦੋ ਮਹੀਨੇ 2000 ਮਤਲਬ ਆਪਣੇ ਕੋਲ 900 ਹੈ ਬੜੀ ਜਗ੍ਹਾ ਪੂਰੀ ਪਰਫੈਕਟ 900 ਸਰ 2000 ਚੂਹੇ ਵਾਸਤੇ ਬੈਸਟ ਦੋ ਮਹੀਨਿਆਂ ਵਾਸਤੇ ਕਰਨਾ ਨਾ ਤੁਸੀਂ? ਹਾਂਜੀ ਹਾਂਜੀ 9 ਮਹੀਨੇ 2 ਮਹੀਨੇ 2 ਮਹੀਨੇ ਤੋਂ ਪਹਿਲੇ ਹੋ ਸਕਦਾ ਮਤਲਬ ਮਹੀਨੇ ਡੇਢ ਮਹੀਨੇ ਤੱਕ ਵੀ ਤੱਕ ਉਹ ਜਗ੍ਹਾ ਤੁਹਾਡੇ ਕੋਲ ਬੇਬਾ ਖੁੱਲੀ ਜਗ੍ਹਾ ਮਤਲਬ ਅਗਰ ਮਹੀਨੇ ਦਾ ਹੋ ਗਿਆ ਨਾ ਤੇ ਮੈਂ ਕੋਸ਼ਿਸ਼ ਕਰਨੀ ਪੈਂਦੀ ਜੋ ਜਿਹੜਾ ਨਿਕਲਦਾ ਉਹਨੂੰ ਕੱਢ ਦਿਓ ਹੌਲੀ ਹੌਲੀ ਹੁਣ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰੋ ਮਤਲਬ ਐਂਡ 2 ਮਹੀਨੇ ਤੱਕ 1 ਮਹੀਨੇ ਤੋਂ 1 ਮਹੀਨੇ ਦਾ ਹੁੰਦਾ ਗਿਆ 1000 square foot ਜਗ੍ਹਾ ਬੇਬਾ ਹੈ ਅਸੀਂ 1000 ਜਗ੍ਹਾ ਦੇ ਉੱਤੇ ਨਾ 3 ਚੂਹੇ ਪਾਣੀ 1 ਫੁੱਟ ਦੇ ਵਿੱਚ ਡੇਢ ਮਹੀਨੇ ਦੀ ਵੀ ਡੇਢ ਮਹੀਨੇ ਤੱਕ ਆ ਡੇਢ ਮਹੀਨੇ ਤੱਕ ਜਾਂ ਕਿ 3 ਚੂਹੇ ਹਾਂ ਬਰਤਨ ਵਗੈਰਾ
ਇੱਕ ਵਾਰੀ ਕੰਮ ਸਾਡਾ ਤਾਂ ਜਾਲੀਆਂ ਜੂਲੀਆਂ ਦਾ ਖਰਚਾ ਕਿਹੜਾ ਪੈ ਜਾਣਾ ਹੈ ਇੱਕ ਭਾਈ ਜਾਨ ਮੁਕੰਮਲ ਬਾਉਂਡਰੀ ਬਣਾਣੀ ਹੈ ਇੱਟਾਂ ਦੀ ਨਹੀਂ ਨਹੀਂ ਉਹ ਨਾ ਮੇਰੀ ਗੱਲ ਕਰਨ ਦਾ ਮਕਸਦ ਹੈ ਕਿ ਇੱਕ ਵਾਰੀ ਖਰਚਾ ਹੈ ਜਿਹੜਾ ਵੀ ਇੱਕ ਵਾਰੀ ਉਹ ਵੀ ਪੂਰਾ ਖਰਚਾ ਨਹੀਂ ਨਾ ਹੈਗਾ ਮਸਾਂ ਇਹ ਮਕਾਨ ਬਣਾਉਣ ਖਲੋਜੀ ਹੈ ਨਾ ਇੱਕ ਕਮਰਾ 3 ਲੱਖ ਚ ਬਣਦਾ ਹੈ ਇਹਨੇ ਗੱਲ ਠੀਕ ਹੈ ਤੇ 3 ਲੱਖ ਦੇ ਵਿੱਚ ਤੇਰੀ ਕਨਾਲ ਦੇ ਵਿੱਚ ਪੂਰੀ ਬਾਉਂਡਰੀ ਬਣ ਜਾਂਦੀ ਹੈ ਹਾਂ ਬਾਉਂਡਰੀ ਬਣ ਜਾਂਦੀ ਉੱਤੇ ਛੱਤ ਵੀ ਆ ਜਾਣੀ ਹੈ ਗਣਾ ਨਹੀਂ ਤੇ ਲੱਖ ਰੁਪਏ ਐਕਸਟਰਾ ਹੋਰ ਪੈ ਜਾਏਗਾ ਹਾਂ ਲੱਖ ਦੋ ਲੱਖ ਹੋਰ 5 ਚੀਜ਼ ਕਰ ਲਓ ਪਰ 5 ਨਹੀਂ ਲੱਗਣਾ ਹੈਗਾ ਪਰ ਮਹਿੰਗਾਈ ਬਹੁਤ ਜ਼ਿਆਦਾ ਨਾ ਭਾਵੇਂ ਜਿੰਨੀ ਵੀ ਕਿਉਂਕਿ ਮੈਂ ਹੁਣ ਇਹ ਗਾਰਡਨ ਲੈਣਾ 70,000 ਦਾ ਗਾਰਡਨ 30,000 ਦੇ ਗਾਰਡਨ ਭਾਈ ਜਾਨ ਭਾਵੇਂ ਜਿੰਨੀ ਮਰਜ਼ੀ ਮਹਿੰਗਾਈ ਹੈ ਤਾਂ 3-4 ਲੱਖ ਤੋਂ ਵਧਣਾ ਨਹੀਂ ਹੈਗਾ ਕਨਾਲ ਦੀ ਛੱਤ ਇੰਨੀ ਉੱਚੀ ਦੀ ਬਾਹਰ ਕਰੋ ਆ ਦੀਵਾਰ ਥੋੜੀ ਉੱਚੀ ਕਰ ਲਓ ਬਸ ਪਿਲਰਾਂ ਦੇ 5 ਫੁੱਟ ਦੇ ਪਿਲਰ ਤੇ ਇੱਕ ਇੱਕ ਦੀ ਦੀਵਾਰ ਪਾ ਕੇ ਤੇ ਛੱਡ ਬਣਾ ਨਹੀਂ ਸਰ ਉਹ ਤਾਂ ਜਾਲੀ ਨਹੀਂ ਸਾਰਾ ਉਹਦੇ ਲੱਗਦੀ ਹੁੰਦੀ ਪਿਲਰ ਹੀ ਹੋਣੇ ਵਿੱਚ ਤਾਂ ਜਾਲੀ ਲੱਗਦੀ ਮੈਂ ਤੁਹਾਨੂੰ ਉਹਦੀ ਅੱਖ ਉੱਤੇ ਰਾਟ ਤੇ ਲਾਣੀ ਹੈ ਕਿ ਹਾਂ ਬਿਲਕੁਲ ਆ ਉੱਤੇ मकान रेट लगी शेड बना लगे तेरी 5,000 रेट लगे गल करने का मकसद पूरी दीवार होनी है ਇਹਦਾ ਵਿਆਹ ਹਰ ਬੇਟਾ ਦਾ ਗਾ ਜਿਹੜੇ ਬੱਚੀ ਦੀ ਹੈ 95 ਡਿਗਰੀ ਤੇ ਜਾ ਰਹੇ ਹੈ ਕੀ ਸ਼ਾਇਦ ਪੁੱਛ ਲੈਣਾ ਚਲ ਆਇਓ।